ਨਾਲੇ ਦੋ ਬੰਦੇ ਆਏ ਆ, ਜਾਣੀ ਕਿ ਇੱਕ ਨੇ ਕੈਪ ਪਾਈ ਸੀ, ਇਹਨੇ ਮੂੰਹ ਢੱਕਿਆ ਸੀਗਾ, ਚੈਨੀ ਇਹਦੀ ਡੇਢ ਟੋਲੇ ਚੈਨੀ ਲਾ ਕੇ ਉਸ ਵੇਲੇ ਨੱਠ ਗਈ। ਬਾਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਹੋਵੇ। ਇੱਥੇ ਚਾਰ ਨਗਰ 'ਚ ਅੱਗੇ ਵੀ ਵਾਰ ਦਿੱਤਾ ਬਹੁਤ ਹੋਈਆਂ, ਅੱਗੇ ਇੱਕ ਬਾਲੀ ਲਾ ਕੇ ਲੈ ਕੇ ਦੋ ਚੈਨੀਆਂ ਅੱਗੇ ਲੈ ਚੁੱਕੀਆਂ ਵਾ, ਅਤੇ ਦੋ ਤਿੰਨ ਦਿਨ ਇੱਕ ਭਈਏ ਦੇ ਦਾਤ ਮਾਰ ਕੇ ਉਹ ਕੋਲ ਮੋਬਾਈਲ ਖੋਹ ਕੇ 500 ਰੁਪਈਆ ਵੀ ਨਾਲ ਲੁੱਟ ਕੇ ਲੈ ਗਏ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਦੇ ਨੱਥ ਪਾਈ ਜਾਵੇ, ਅਤੇ ਬਹੁਤ ਜ਼ਰੂਰੀ ਹੈ ਚਾਰ ਨਗਰ ਦੇ ਵਿੱਚ ਕੋਈ ਖਾਸ ਡਿਊਟੀ ਵੀ ਲਾਈ ਜਾਵੇ, ਜਿਹਦੇ ਨਾਲ ਵੀ ਥੋੜ੍ਹਾ ਜਿਹਾ ਲੋਕਾਂ ਨੂੰ ਰਾਹਤ ਹੋਵੇ। ਲੋਕ ਇੱਥੇ ਬਹੁਤ ਪਰੇਸ਼ਾਨ ਹੋਏ। ਫਗਵਾੜਾ ਸ਼ਹਿਰ ਵਿੱਚ ਚੋਰ ਲੁਟੇਰਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਇਹ ਬੇਖੌਫ ਲੁਟੇਰੇ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਚੁੱਕੇ ਹਨ। ਬੇਸ਼ੱਕ ਪੁਲਿਸ ਵੱਲੋਂ ਥਾਂ ਥਾਂ 'ਤੇ ਨਾਕਾਬੰਦੀ ਕਰ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ, ਪਰ ਫਿਰ ਵੀ ਸ਼ਹਿਰ ਵਿੱਚ ਬੇਖੌਫ ਹੋ ਕੇ ਘੁੰਮ ਰਹੇ ਚੋਰ ਲੁਟੇਰੇ ਪੁਲਿਸ ਨੂੰ ਆਏ ਦਿਨ ਨਿਤ ਨਵਾਂ ਚੈਲੰਜ ਕਰ ਰਹੇ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਸ਼ਹਿਰ ਦੇ ਚਾਹਲ ਨਗਰ ਤੋਂ, ਜਿੱਥੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਵਿਦੇਸ਼ ਤੋਂ ਆਏ ਇੱਕ ਨੌਜਵਾਨ ਦੇ ਘਰ ਦੇ ਬਾਹਰੋਂ ਹੀ ਉਸਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਤੋੜ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਬਸਰਾ ਵਾਸੀ ਚਾਹਲ ਨਗਰ ਨੇ ਦੱਸਿਆ ਕਿ ਉਸਦਾ ਰਿਸ਼ਤੇਦਾਰ ਮਨਜਿੰਦਰ ਸਿੰਘ, ਜੋ ਕਿ ਵਿਦੇਸ਼ ਤੋਂ ਆਇਆ ਹੋਇਆ ਹੈ, ਜਦੋਂ ਉਹ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਘਰ ਦੇ ਬਾਹਰ ਪਹੁੰਚਿਆ ਸੀ ਤਾਂ ਪਿੱਛੇ ਆਏ ਮੋਟਰਸਾਈਕਲ ਸਵਾਰ ਦੋ ਲੁਟੇਰੇ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਜਿਨ੍ਹਾਂ ਵੱਲੋਂ ਉਸਦੇ ਰਿਸ਼ਤੇਦਾਰ ਦੇ ਗਲੇ ਵਿੱਚ ਪਾਈ ਹੋਈ ਕਰੀਬ 1.5 ਤੋਲੇ ਸੋਨੇ ਦੀ ਚੈਨ ਨੂੰ ਝਪਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਦੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਸਾਬਕਾ MC ਪਦਮਦੇਵ ਸੁਧੀਰ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਲੁਟੇਰਿਆਂ ਵੱਲੋਂ ਚਾਹਲ ਨਗਰ ਵਿੱਚ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਜਿਸ ਦੇ ਚੱਲਦਿਆਂ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਨੂੰ ਵਧਾਇਆ ਜਾਵੇ ਅਤੇ ਜਲਦ ਤੋਂ ਜਲਦ ਚੋਰ ਲੁਟੇਰਿਆਂ ਨੂੰ ਕਾਬੂ ਕਰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਹਾਂਜੀ ਸਰ, ਕੀ ਨਾਂ ਜੀ ਆਪਣਾ? ਮੇਰਾ ਨਾਮ ਗੁਰਵਿੰਦਰ ਸਿੰਘ ਬਸਰਾ। ਹਾਂਜੀ ਸਰ, ਕੀ ਮਾਮਲਾ ਕੀ? ਅੱਜ ਘਰ ਦੇ ਗੇਟ ਦੇ ਬਾਹਰ ਖੜੇ ਹੋ ਤੁਸੀਂ, ਕੀ ਮਾਮਲਾ ਕੀ ਹੈ ਸਰ? ਮੇਰਾ ਬ੍ਰਦਰ ਲੋ ਆ ਬਾਹਰੋਂ ਆਇਆ ਜਰਮਨ ਤੋਂ, ਅਤੇ ਮੇਰਾ ਬੇਟਾ ਅਤੇ ਮੈਡੀਕਲ ਸਟੋਰ ਤੋਂ ਆ ਰਹੇ ਸੀਗੇ ਇੱਧਰੋਂ ਵਾਪਸ, ਅਤੇ ਇੱਥੇ ਦੋ ਮੋਟਰਸਾਈਕਲ ਸਵਾਰ ਆਏ ਅਤੇ ਇਹਦੀ ਚੇਨ ਖੋਹ ਕੇ ਅਤੇ ਇੱਧਰ ਨੂੰ ਭੱਜ ਗਏ। ਮੋਟਰਸਾਈਕਲ ਜਿਹੜੇ ਸਵਾਰ ਸੀਗੇ ਕਿੰਨੇ ਵਿਅਕਤੀ ਸੀਗੇ? ਦੋ ਵਿਅਕਤੀ ਸੀਗੇ ਜੀ। ਦੋ ਵਿਅਕਤੀ ਸੀ, ਮੂੰਹ ਬੰਨੇ ਹੋਏ ਸੀ ਉਹਨਾਂ ਦੇ? ਮੂੰਹ ਬੱਜੇ ਸੀਗੇ ਹਾਂਜੀ, ਤੇ ਇੱਕ ਨੇ ਕੈਪ ਪਾਈ ਸੀ। ਕਿਹੜਾ ਮੋਟਰਸਾਈਕਲ ਸੀਗਾ ਸਰ? ਮੋਟਰਸਾਈਕਲ ਇਦਾਂ ਨਿਆਣਿਆਂ ਨੂੰ ਪਤਾ ਨਹੀਂ। ਕੋਈ CCTV ਕੈਮਰੇ 'ਚ ਆਏ ਹੋਏ ਬੰਦੇ? ਨਹੀਂ, ਹਲੇ ਕਿਹਾ ਆ ਦੇਖਦੇ ਆ, ਮਤਲਬ ਹਲੇ ਪਤਾ ਨਹੀਂ ਚੱਲਿਆ ਕੁਛ। ਤੇ ਜਿਹਨਾਂ ਦੀ ਚੈਨ ਲਾਈ ਉਹਨਾਂ ਦਾ ਨਾਮ ਵਗੈਰਾ ਕੀ ਹੈ ਸਰ? ਇਹਦਾ ਨਾਮ ਅਜੇ ਸਿੰਘ। ਮਨਜਿੰਦਰ ਸਿੰਘ ਹਾਂਜੀ। ਇਹ ਕਿੰਨੇ ਕੁ ਵਜੇ ਹਾਦਸਾ ਹੋਇਆ ਸਰ? ਇਹ 3:30 ਦੇ ਆਈਡੀਆ ਹੋਇਆ ਜੀ। ਤੇ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੇਂਟ ਕੀਤੀ ਤੁਸੀਂ? ਨਹੀਂ, ਹਲੇ ਕਰਨ ਜਾ ਰਹੇ ਹਾਂ, ਹਲੇ ਤਾਂ ਮਤਲਬ ਮੈਨੂੰ ਹੁਣੇ ਪਤਾ ਲੱਗਾ MC ਸਾਹਿਬ ਆ ਗਏ ਆ, ਤੇ ਹੁਣ ਅਸੀਂ ਕੰਪਲੇਂਟ ਕਰਨ ਜਾ ਰਹੇ ਹਾਂ। ਸਰ ਟੋਟਲ ਨੁਕਸਾਨ ਕਿੰਨਾ ਹੋ ਗਿਆ ਆਪਣਾ? ਹਾਂਜੀ, ਨੁਕਸਾਨ ਕਿੰਨਾ ਹੋ ਗਿਆ? 1.5 ਤੋਲੇ ਦੀ ਚੈਨੀ ਸੀ। ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਜਿੱਦਾਂ ਮਤਲਬ ਸ਼ਹਿਰ ਦੀ ਚੋਰੀ ਹੈ, ਸ਼ਹਿਰ ਦੇ ਵਿੱਚ ਚੋਰੀਆਂ ਇੰਨੀਆਂ ਹੋ ਰਹੀਆਂ, ਦੇਖੋ ਕੋਈ ਨੁਕਸਾਨ ਵੀ ਕਰ ਸਕਦੇ ਸੀ, ਜਾਨਾਂ ਦਾ ਅੱਗੇ ਵੀ ਕਹਿੰਦੇ ਬਹੁਤ ਵਾਰਦਾਤਾਂ ਹੋ ਰਹੀਆਂ, ਇਹਨਾਂ ਤੇ ਕਰਨਾ ਫੜਿਆ ਜਾਵੇ, ਨੱਥ ਪਾਈ ਜਾਵੇ ਇਹਨਾਂ ਤੇ। ਹਾਂਜੀ ਸਰ, ਕੀ ਮਾਮਲਾ ਕੀ ਹੈ ਜਿਹੜਾ ਅੱਜ ਚਾਹਲ ਨਗਰ 'ਚ ਖੜੇ ਹਾਂ? ਮਾਮਲਾ ਇਹ, ਮੈਂ ਤਾਂ ਗਿਆ ਸੀ ਇਹਦਾ ਕੰਮ, ਮੈਨੂੰ ਫੋਨ ਆਇਆ ਇਹਨਾਂ ਦਾ ਵੀ ਚਾਹਲ ਨਗਰ ਸਾਡੇ ਬਾਹਰੋਂ ਆਏ ਨੇ, ਕੋਠੀ ਬਣਾਈ ਹੈ ਨਵੀਂ ਇਹਨਾਂ ਦਾ, ਜਾਣੀ ਕਿ 5 ਲੱਗਦਾ ਤੁਹਾਡਾ? ਹਾਂਜੀ, 5 ਸਾਲ ਆ ਇਹਨਾਂ ਦਾ ਇਲਾਵਾ, ਅਤੇ ਮੈਡੀਸਨ ਆਪਣਾ ਦਵਾ ਲੈ ਕੇ ਆ ਰਹੇ ਸੀਗੇ, ਅਤੇ ਇੱਥੇ ਆ ਕੇ ਮੋਟਰਸਾਈਕਲ ਖੜ੍ਹਾ ਕੀਤਾ ਕੋਠੀ ਮੋਹਰੇ,
ਮਤਲਬ ਨਾਲ ਹੀ ਦੋ ਬੰਦੇ ਆਏ ਆ, ਜਾਣੀ ਕਿ ਇੱਕ ਨੇ ਕੈਪ ਪਾਈ ਸੀ, ਇਹਨੇ ਮੂੰਹ ਢੱਕਿਆ ਸੀਗਾ, ਚੈਨੀ ਡੇਢ ਤੋਲੇ ਚੈਨੀ ਲਾ ਕੇ ਉਸ ਵੇਲੇ ਨੱਠ ਗਏ ਸਰ। ਪੁਲਿਸ ਕੰਪਲੇਂਟ ਕੀਤੀ ਮਾਮਲੇ ਲੈ ਕੇ, ਬਸ ਮੈਨੂੰ ਹੁਣ ਪਤਾ ਲੱਗਾ, ਹੁਣ ਜਾ ਰਹੇ ਕੁਛ ਕੰਪਲੇਂਟ ਕਰਾਂਗੇ, ਬਾਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਹੋਵੇ। ਇੱਥੇ ਚਾਰ ਨਗਰ 'ਚ ਅੱਗੇ ਵੀ ਵਾਰ ਦਿੱਤਾ ਬਹੁਤ ਹੋਈਆਂ, ਅੱਗੇ ਇੱਕ ਵਾਲੀ ਲਾ ਕੇ ਲੈ ਕੇ ਦੋ ਚੈਨੀਆਂ ਅੱਗੇ ਲੈ ਚੁੱਕੀਆਂ ਵਾ, ਅਤੇ ਦੋ ਤਿੰਨ ਦਿਨ ਇੱਕ ਭਈਏ ਦੇ ਦਾਤ ਮਾਰ ਕੇ ਉਹ ਕੋਲ ਮੋਬਾਈਲ ਖੋ ਕੇ 500 ਰੁਪਈਆ ਵੀ ਨਾਲ ਲੁੱਟ ਕੇ ਲੈ ਗਏ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਦੇ ਨੱਥ ਪਾਈ ਜਾਵੇ, ਅਤੇ ਬਹੁਤ ਜ਼ਰੂਰੀ ਹੈ ਚਾਰ ਨਗਰ ਦੇ ਵਿੱਚ ਕੋਈ ਖਾਸ ਡਿਊਟੀ ਵੀ ਲਾਈ ਜਾਵੇ, ਜਿਹਦੇ ਨਾਲ ਵੀ ਥੋੜ੍ਹਾ ਜਿਹਾ ਲੋਕਾਂ ਨੂੰ ਰਾਹਤ, ਲੋਕ ਇੱਥੇ ਬਹੁਤ ਪਰੇਸ਼ਾਨ ਹੋਏ।